ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਗੁਰਪ੍ਰੀਤ ਸਿੰਘ ਲੈ ਕੇ ਹਾਜ਼ਰ ਹਾਂ 5 ਵਜੇ ਪੰਜਾਬ। ਅਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਦਿੱਲੀ ਦੇ ਰਾਮਜਸ ਕਾਲਜ ਦੇ ਵਿੱਚ ਹੋਈ ਝੜਪ ਦੀ, ਜਿਸ ਦੀ ਗੂੰਜ ਹੁਣ ਪੰਜਾਬ ਦੇ ਵਿੱਚ ਵੀ ਪਹੁੰਚ ਗਈ ਹੈ। ਜੀ ਹਾਂ, ਦਿੱਲੀ ਦੇ ਰਾਮਜਸ ਕਾਲਜ 'ਚ ਆਪਣੀ ਸਾਥੀ ਵਿਦਿਆਰਥਣਾਂ ਨਾਲ ਹੋਈ ਬਦਸਲੂਕੀ ਦੇ ਖਿਲਾਫ਼, ਆਵਾਜ਼ ਬੁਲੰਦ ਕਰਨ 'ਤੇ ਮਿਲੀ ਧਮਕੀ ਦੇ ਖਿਲਾਫ਼ ਗੁਰਮੇਹਰ ਕੌਰ ਨੇ ਦਿੱਲੀ ਮਹਿਲਾ ਕਮਿਸ਼ਨ ਦੇ ਕੋਲ ਪਹੁੰਚ ਕੀਤੀ ਹੈ। ਅਤੇ ਗੁਰਮੇਹਰ ਕੌਰ ਨੇ ਇਸ ਮੁਤਲਕ ਦਿੱਲੀ ਮਹਿਲਾ ਕਮਿਸ਼ਨ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ। ਜ਼ਿਕਰੇ ਖਾਸ ਹੈ ਕਿ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਕੈਪਟਨ ਮਨਦੀਪ ਸਿੰਘ ਦੀ ਧੀ ਗੁਰਮੇਹਰ ਕੌਰ ਨੇ ਦਿੱਲੀ ਦੇ ਰਾਮਜਸ ਕਾਲਜ ਵਿੱਚ ਹੋਈ ਖਿੱਚਧੂ ਲਈ ABVP 'ਤੇ ਇਲਜ਼ਾਮ ਲਗਾਉਂਦਿਆਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਸੀ, ਜਿਸ ਤੋਂ ਬਾਅਦ ਉਹ ਕਾਫ਼ੀ ਚਰਚਾ 'ਚ ਹੈ ਅਤੇ ਉਸਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਇਸ ਮਾਮਲੇ 'ਤੇ ਢੁੱਕਵੀਂ ਕਾਰਵਾਈ ਦਾ ਭਰੋਸਾ ਦਿੱਤਾ ਹੈ। ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਵਿੱਚ ਉਮਰ ਖਾਲਿਦ ਨੂੰ ਬੁਲਾਉਣ ਦੇ ਵਿਰੋਧ ਦੇ ਵਿੱਚ ABVP ਵੱਲੋਂ ਕੀਤੇ ਵਿਰੋਧ ਮੁਜ਼ਾਹਰੇ ਦਾ ਵਿਰੋਧ ਕਰਨ ਵਾਲੀ ਗੁਰਮੇਹਰ ਨੂੰ ਧਮਕੀਆਂ ਮਿਲ ਰਹੀਆਂ ਨੇ। ਪਰ ਗੁਰਮੇਹਰ ਦਾ ਕਹਿਣਾ ਹੈ ਕਿ ਉਹ ਕਿਸੇ ਧਮਕੀ ਤੋਂ ਨਹੀਂ ਡਰਦੀ, ਉਹ ਆਜ਼ਾਦੀ ਦੇ ਪੱਖ ਵਿੱਚ ਨੇ, ਉਮਰ ਖਾਲਿਦ ਦੇ ਨਾਲ ਨਹੀਂ। ਗੁਰਮੇਹਰ ਨੇ ਦਿੱਲੀ ਮਹਿਲਾ ਕਮਿਸ਼ਨ ਦੇ ਕੋਲ ਇਸ ਮੁਤਲਕ ਸ਼ਿਕਾਇਤ ਕੀਤੀ। First things first, I really want to make the people out there, very famous people, calling me, questioning my nationalism and calling me an anti-nationalist. They don't understand patriotism. Okay, kid? It's that nobody, no matter who you are, no matter what association, organization you belong to, cannot threaten women with rape. That cannot happen. So this movement is not for anybody. This is a students' movement. What we started is not a political movement, which is what I really want everyone in the country to know. This is not about politics. This is not about political parties. It is about students, our campuses being safe from violent threats. Okay, and it doesn't matter what organization it comes from. Campuses are supposed to be safe from any kind of threats. ਉਧਰ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਗੁਰਮੇਹਰ ਕੌਰ ਦੇ ਮਾਮਲੇ ਦੇ ਵਿੱਚ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਇਸ ਮੁਤਲਕ ਸ਼ਿਕਾਇਤ ਭੇਜ ਦਿੱਤੀ ਹੈ। और जो गुरमेहर कौर हैं और उनकी जो पूरा परिवार है, इनके ऊपर इनकी पूरी सुरक्षा की जिम्मेदारी इस वक्त दिल्ली पुलिस की बनती है और उन्हें तुरंत सुरक्षा प्रोवाइड करी जानी चाहिए। और हम लोग ये ट्रेंड देख रहे हैं आजकल कि जिसका मन आता है सोशल मीडिया के ऊपर वो महिलाओं के ऊपर अभद्र टिप्पणी करते हैं, गलत तरीके की भाषा इस्तेमाल करते हैं और इतनी उनकी दबंगई हो गई है कि खुलेआम रेप करने की धमकियों पर धमकियां देते हैं। तरीके से कुछ लड़के उनके पीछे पड़ गए हैं और बार बार उनको रेप की थ्रेट्स दिए जा रहे हैं। ये बहुत ही ज्यादा शर्मनाक है और दिल्ली महिला आयोग ने इसके ऊपर तुरंत कॉग्निजेंस लिया है। हम लोग एक लेटर लिख रहे हैं, पत्र लिख रहे हैं पुलिस कमिश्नर को और हम चाहते हैं कि ये जितने भी लड़के हैं इनके खिलाफ तुरंत FIR दर्ज की जाए, इनको तुरंत अरेस्ट करा जाए। सो मामले कार्रवाई की गल की जा रही है। सो दिल्ली के रामजस कॉलेज ਆਪਣੀ ਸਾਥੀ ਵਿਦਿਆਰਥਣ ਨਾਲ ਹੋਈ ਬਦਸਲੂਕੀ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਗੁਰਮੇਹਰ ਕੌਰ ਦੇ ਹੱਕ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਅੱਗੇ ਆਏ। ਕੈਪਟਨ ਨੇ ABVP 'ਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰਮੇਹਰ ਦੇ ਪਿਤਾ ਨੇ ਦੇਸ਼ ਦੇ ਲਈ ਸ਼ਹੀਦੀ ਦਿੱਤੀ ਅਤੇ ਅੱਜ ਗੁਰਮੇਹਰ ਦੇ ਖਿਲਾਫ਼ ABVP ਵੱਲੋਂ ਦਿੱਤੀ ਜਾ ਰਹੀ ਧਮਕੀ ਬਹੁਤ ਹੀ ਸ਼ਰਮਨਾਕ ਅਤੇ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕੈਪਟਨ ਨੇ ਦਿੱਲੀ ਪੁਲਿਸ ਵੱਲੋਂ ABVP ਖਿਲਾਫ਼ ਐਕਸ਼ਨ ਨਾ ਲੈ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ। ਕੈਪਟਨ ਨੇ ਕਿਹਾ ਕਿ ਜੇਕਰ ABVP ਦੀਆਂ ਧਮਕੀਆਂ 'ਤੇ ਲਗਾਮ ਨਾ ਲਾਈ ਗਈ ਤਾਂ ਸਮਾਜ ਦੇ ਵਿੱਚ ਉਸਦਾ ਖਤਰਨਾਕ ਸੱਟਾ ਵੇਖਣ ਨੂੰ ਮਿਲ ਸਕਦਾ।